ਤੇ ਟੌਪਿਕ ਕੀ ਹੈ ਕਿ ਕੀ ਕਰਨਾ ਚਾਹੀਦਾ ਹੈ? ਕੰਪੋਰਟਮੈਂਟੀ ਕੀ ਤਰੀਕਾਕਾਰ ਤੇ ਨੇੜੇ ਰੱਖੀਏ ਪ੍ਰੈਸੈਂਸਾ ਜਦੋਂ ਆ ਜਾਂਦਾ ਹੈ ਇਹ ਸਿਗਨਲ ਪਸਾਜੋ ਆਲੀ ਵੇਲੋ ਫਾਟਕ ਵਾਲਾ ਬਰੀਏਰੇ ਫੁੱਲ ਡੰਡੇ ਨੇ ਉਹ ਸੇਮੀ ਬਰੀਏਰੇ ਜਾਂ ਅੱਧੇ ਡੰਡੇ ਨੇ ਅਜੀ ਫੁੱਲ ਡੰਡੇ ਵਾਲਾ ਜਾਂ ਅੱਧਿਆਂ ਡੰਡੇ ਵਾਲਾ ਫਾਟਕ ਆ ਜਾਏ ਤੇ ਕੀ ਤਰੀਕਾਕਾਰ ਰੱਖਣਾ ਚਾਹੀਦਾ? ਸਪੀਡ ਘੱਟ ਕਰੋ, ਵੇਖ ਤੱਕ ਕੇ ਕੋਈ ਐਕਸੀਡੈਂਟ ਨਾ ਹੋ ਜਾਏ, ਸਾਹਮਣੇ ਇਹਨਾਂ ਵੇ ਗੱਡੀ ਠੋਕ ਦਿਓ, ਇਹਨਾਂ ਨੂੰ ਜਿਹੜੇ ਇਹਨਾਂ ਦੇ ਸਿਸਟਮ ਲੱਗੇ ਨੇ ਜਾਂ ਡੰਡੇ ਲੱਗੇ ਨੇ ਤੇ ਬਹੁਤ ਸਪੀਡ ਸਲੋ ਰੱਖੋ ਸਵਾਲਾਂ 'ਚ, ਕਿਉਂਕਿ ਐਸਾ ਨਾ ਹੋਵੇ ਬਹੁਤ ਤੇਜ਼ ਆਏ ਔਰ ਅੱਗੇ ਡੰਡੇ ਨੂੰ ਹੀ ਮਾਰ ਦਿਓ। ਪਹਿਲਾ ਸਵਾਲ, ਇਨ ਪ੍ਰੈਸੈਂਸਾ ਜਦੋਂ ਆ ਜਾਂਦਾ ਹੈ ਇਹ ਸਿਗਨਲ ਰਾਫੀਕੂਰਾ ਤੋਂ ਫੋਟੋ ਵਾਲਾ ਨੀਚੇ ਸਾਰੀ ਉਹ ਜ਼ਰੂਰੀ ਹੈ ਮੋਦੇਰਾ ਰੇ ਲਾ ਵੇਲੋਚੀਤਾ ਸਪੀਡ ਕੱਟ ਕਰੋ ਪੋ ਇਸੇ ਰੇ ਪਰੋਂਤੀ ਰੈਡੀ ਹੋ ਜੋ ਅਰੈਸਤਾਰ ਸੀ ਰੁਕਣ ਵਾਸਤੇ ਜੇ ਬਰੀਏ ਰੇ ਡੰਡੇ ਸੋਨੋ ਕਿਊਜ਼ੇ ਬੰਦ ਨੇ। ਕਹਿੰਦੇ ਸਪੀਡ ਕੱਟ ਕਰੋ ਪਹਿਲੀ ਗੱਲ, ਫਿਰ ਰੈਡੀ ਹੋਵੋ, ਕਿਆ ਪਤਾ ਰੁਕਣਾ ਪਵੇ, ਦੋ ਕੰਮ ਹੈ ਨਾ, ਪਹਿਲਾ ਕੰਮ ਸਪੀਡ ਕੱਟ ਕਰੋ, ਦੂਜਾ ਰੈਡੀ ਹੋਵੋ ਰੁਕਣ ਵਾਸਤੇ ਕਿ ਜੇ ਬਰੀਏ ਰੇ ਡੰਡੇ ਬੰਦ ਨੇ ਤਾਂ ਫਿਰ ਤੁਹਾਨੂੰ ਰੁਕਣਾ ਵੀ ਪੈਣਾ ਹੈ। ਗੁੱਡ, ਮੁਦਿਰ ਆ ਰਹੇ ਵੇਰੋ ਜੀ ਪੂਰੇ ਚੈਪਟਰ 'ਚ। ਇਨ ਪ੍ਰੈਸੈਂਸਾ ਜਦੋਂ ਆ ਜਾਂਦਾ ਹੈ ਸਿਗਨਲ ਫੋਟੋ ਵਾਲਾ ਨੋ ਕੁਨਸੈਂਤੇ ਤੁਹਾਨੂੰ ਨਹੀਂ ਇਜਾਜ਼ਤ ਇੰਪਨੀਆਰੇ ਇੰਟਰੀ ਕਰਨ ਦੀ ਪੱਸਾ ਚੁਆਲੀ ਵੇਲੋ ਫਾਟਕ 'ਚ ਨਹੀਂ ਜਾਣਾ ਜੇ ਟ੍ਰੈਫਿਕੋ ਇਨ 300 ਟ੍ਰੈਫਿਕ ਜਾਮ ਹੈ, ਯਾਨੀ ਰਸ਼ ਟ੍ਰੈਫਿਕ ਜਾਮ ਲੱਗਾ ਪਿਆ। ਇੰਪੇਦਿਸ਼ੇ ਔਰ ਰੁਕਾਵਟ ਬਣੇਗੀ ਸਗੁੰਬੇਰਾ ਰੇ ਤੁਹਾਨੂੰ ਖਾਲੀ ਕਰਨ 'ਚ। ਅੰਦਰ ਜਦੋਂ ਵੀ ਤੁਸੀਂ ਸਿਗਨਲ ਵੇਖਿਆ ਠੀਕ ਹੈ, ਤੁਹਾਡੇ ਸਮਝ ਆ ਗਿਆ ਕਿ ਫਾਟਕ ਆ ਗਿਆ, ਤੁਸੀਂ ਨਹੀਂ ਜਾਣਾ ਫਾਟਕ 'ਚ ਜਦੋਂ ਟ੍ਰੈਫਿਕ ਨੂੰ ਜਾਮ ਲੱਗਾ ਹੋਇਆ ਰਸ਼ ਹੈ ਔਰ ਤੁਹਾਨੂੰ ਪਤਾ ਹੈ ਕਿ ਜੇ ਮੈਂ ਵੜ ਗਿਆ ਤਾਂ ਮੇਰੇ ਕੋਲ ਫਾਟਕ 'ਚੋਂ ਨਿਕਲਣ ਨਹੀਂ ਹੋਣਾ, ਰੁਕਾਵਟ ਹੈ ਤੁਹਾਨੂੰ ਖਾਲੀ ਕਰਨ 'ਚ। ਵੇਰੋ ਯਾਨੀ ਆਉਂਦਾ ਫਾਟਕ 'ਚ ਨਾ ਵੜਿਆ ਵੜਿਆ ਕਰੋ ਜੇ ਟ੍ਰੈਫਿਕ ਜਾਮ ਹੋਈ ਪਈ ਹੈ, ਇੱਥੇ ਗੱਡੀਆਂ ਹੀ ਗੱਡੀਆਂ ਨੇ, ਅਤੇ ਇਹਨੂੰ ਮਤਲਬ ਖਾਲੀ ਥੋੜ੍ਹਾ ਛੱਡਿਆ ਕਰੋ, ਅਤੇ ਇਹ ਗੱਲ ਹੈ। ਅਤੇ ਦੂਸਰੀ ਗੱਲ ਮੈਂ ਕੀ ਕਰਾਂਗਾ ਕਿ ਇੰਪੇਦਿਸ਼ੇ ਵੇਰੋ ਜੀ ਸਾਰੀ ਬੁੱਕ 'ਚ ਇਹਦੇ ਸਵਾਲ ਠੀਕ ਨੇ। ਜੇ ਟ੍ਰੈਫਿਕ ਜਾਮ ਹੈ ਫਾਟਕ ਦੇ ਕੋਲ ਅਤੇ ਤੁਹਾਨੂੰ ਲੱਗਦਾ ਕਿ ਮੁਸ਼ਕਿਲ ਹੋ ਜਾਣੀ ਹੈ ਨਿਕਲਣਾ, ਮੁਸ਼ਕਿਲ ਹੋ ਜਾਣਾ ਜੇ ਵੜ ਗਏ, ਫਿਰ ਫਾਟਕ 'ਚ ਨਾ ਵੜਿਆ ਕਰੋ। ਤੀਜਾ ਸਵਾਲ, ਇਨ ਪ੍ਰੈਸੈਂਸਾ ਜਦੋਂ ਆ ਗਿਆ ਇਹ ਸਿਗਨਲ ਫੋਟੋ ਵਾਲਾ ਨੀਚੇ ਸਾਰੀ ਉਹ ਜ਼ਰੂਰੀ ਹੈ ਰਸਤਾਰੇ ਤੁਸਾਂ ਰੁਕ ਜਾਓ ਸੇ ਸੋਨੋ ਫੁਨਸਿਓਨੇ ਜੇ ਔਨ ਹੈ ਲੂਚੇ ਰੋਸੇ ਰੈੱਡ ਲਾਈਟ ਲੈਂਪ ਦੇ ਰਹੀ ਹੈ। ਭਾਈ ਜੀ ਜੇ ਰੈੱਡ ਲਾਈਟ ਲੈਂਪ ਦੇ ਰਹੀ ਹੈ, ਹਾਂਜੀ ਦੇ ਰਹੀ ਹੈ, ਰਸਤਾਰੇ ਫਿਰ ਰੁਕ ਜਾਓ, ਠੀਕ ਹੈ ਜੀ ਰੁਕ ਦਿੰਦੇ ਹਾਂ। ਅੱਛਾ ਮੈਂ ਨਿਸ਼ਾਨੀ ਇਹ ਬਣਾਈ ਸੀ ਫਾਟਕਾਂ ਦੀਆਂ ਸਵਾਲਾਂ 'ਚ, ਲੁੱਚੇ ਰੋਸੇ ਵੇਰ ਹੋਏ ਭਾਈ, ਇਹ ਜੰਗਲੇ ਦੀਆਂ ਸਵਾਲਾਂ 'ਚ ਤਾਂ ਵੇਰ ਹੋਈ ਹੈ, ਅੱਗੇ ਦਾ ਪਤਾ ਨਹੀਂ। ਇਨ ਪ੍ਰੈਸੈਂਸਾ ਜਦੋਂ ਆ ਜਾਂਦਾ ਹੈ ਸਿਗਨਲ ਫੋਟੋ ਵਾਲਾ ਜ਼ਰੂਰੀ ਹੈ ਰਸਤਾਰੇ ਤੁਸਾਂ ਰੁਕ ਜਾਓ ਜੇ ਫੁਨਸਿਓਨੇ ਫੰਕਸ਼ਨ ਕਰ ਰਹੇ ਨੇ ਡਿਸਪੋਜ਼ੀਟਿਵ ਉਹ ਸਿਸਟਮ ਆਕੂਸਟਿਕੋ ਆਵਾਜ਼ ਵਾਲਾ ਅਵੇਰ ਤੇ ਖਬਰ ਦੇ ਰਿਹਾ ਕਿਊਜ਼ੂਰਾ ਔਰ ਬੰਦ ਹੋ ਰਹੇ ਨੇ ਡੰਡੇ। ਕਹਿੰਦੇ ਤੁਸੀਂ ਰੁਕ ਜਾਓ ਜੇ ਆਕੂਸਟਿਕੋ ਅਲਾਰਮ ਚੱਲ ਰਿਹਾ ਥੇ ਟਨ 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 ਟਨ। ਵੇਰੋ ਇਹ ਜਿਹੜਾ ਸਿਗਨਲ ਦਿਖਾਇਆ ਗਿਆ ਕਹਿੰਦਾ ਸੇ ਵਹੀਕਲ ਜੇ ਗੱਡੀ ਤੁਹਾਡੀ ਫੇਰਮਾਂ ਰੁਕ ਗਈ ਹੈ ਆਵਾਰੀਆ ਖਰਾਬ ਹੋ ਗਈ ਹੈ ਬਿਨਾਰੀ ਪਟੜੀ ਦੇ ਉੱਤੇ, ਓਏ ਹੋਏ ਹੋਏ ਬੜਾ ਕੰਮ ਖਰਾਬ ਹੋਇਆ। ਕਹਿੰਦੇ ਜੇ ਕਿਤੇ ਇੰਝ ਹੋ ਜਾਏ ਨਾ ਕਿਸੇ ਦਿਨ ਕਿ ਤੁਹਾਡੀ ਗੱਡੀ ਰੁਕ ਗਈ ਹੈ ਖਰਾਬ ਹੋ ਗਈ ਹੈ ਬਿਨਾਰੀ ਦੇ ਉੱਤੇ ਪਟੜੀ ਦੇ ਉੱਤੇ, ਤਾਂ ਫਿਰ ਕੀ ਕਰਨਾ? ਫਿਰ ਕੁੰਦੂ ਚੈਨ ਤੇ ਡਰਾਈਵਰ ਨੂੰ ਦੇਵੇ ਚਾਹੀਦਾ ਆਦੋ ਤਾਰੇ ਕੋਸ਼ਿਸ਼ ਕਰੇ ਉਨੀ ਇਨੀਸ਼ੀਆਤੀਵਾ ਉਤੀਲੇ ਹਰ ਤਰ੍ਹਾਂ ਦੀ ਟਰਾਈ ਕੋਸ਼ਿਸ਼ ਕਰੇ ਫੀਨੇ ਇਹ ਵੀ ਤਾਰੇ ਇੰਚੀਡੈਂਟ ਤੇ ਐਕਸੀਡੈਂਟ ਤੋਂ ਬਚਣ ਵਾਸਤੇ। ਹਾਂਜੀ ਤੁਹਾਡੀ ਗੱਡੀ ਰੁਕ ਗਈ ਹੈ ਖਰਾਬ ਹੋ ਗਈ ਔਰ ਪਟੜੀ ਦੇ ਉੱਤੇ ਜਾ ਕੇ ਖਰਾਬ ਹੋਈ ਹੈ, ਬੜੀ ਸਿਆਣੀ ਗੱਡੀ ਹੈ, ਫਿਰ ਤੁਸੀਂ ਐਕਸੀਡੈਂਟ ਤੋਂ ਬਚਣ ਵਾਸਤੇ ਕੋਸ਼ਿਸ਼ ਕਰੋ ਨਸ ਭੱਜ ਕਰੋ ਕਿਉਂਕਿ ਟ੍ਰੇਨ ਆ ਜਾਣੀ ਹੈ ਨਾ ਫਿਰ ਐਕਸੀਡੈਂਟ ਦਾ ਖਤਰਾ। ਵੇਰੋ
ਇਹ ਸੀ ਭਾਈ ਵੀਰੋ ਸਵਾਲ। ਹੁਣ ਫਾਲਸੋ ਨੇ ਝੂਠੇ ਸਵਾਲ ਕੀ ਬਣਾਏ ਸੋ? ਜਦੋਂ ਆ ਜਾਂਦਾ ਸਿਗਨਲ ਫੋਟੋ ਵਾਲਾ, ਕੁਨਸੈਂਟ ਤੇ ਇਜਾਜ਼ਤ ਹੈ, ਸੋਸਤਾ ਯਾਨੀ ਪਾਰਕ ਲਾ ਲਓ, ਕੋਰਿਸਪੋਂਡੈਂਟਸ ਬਿਲਕੁਲ ਵਿੱਚ ਜਾ ਕੇ, ਉਹ ਪੜੋਸੀ ਮੀਤਾ ਨੇੜੇ ਜਾ ਕੇ, ਪੱਸਾ ਜੋ ਆਲੀ ਵੇਲੋ ਫਾਟਕ ਆਉਂਦਾ ਜੀ, ਇਜਾਜ਼ ਤੇ ਸੋਸਤਾ ਲਾ ਲਓ ਫਾਟਕ ਦੇ ਵਿੱਚ। ਸੋਸਤਾ ਮੀਨ ਗੱਡੀ ਪਾਰਕ ਲਾਉਣਾ? ਨਹੀਂ ਫਾਲਸੋ, ਅਸੀਂ ਨਹੀਂ ਲਾ ਸਕਦੇ। ਨਿਸ਼ਾਨੀ ਇਹ ਸੀ ਇੱਕ ਹੁਣ ਸੈਂਤੀ ਤੋਂ ਹੈ ਹੀ ਗਲਤ ਹੈ ਮੇਰੀ ਕੋਲ ਉਹਦੇ ਚੈਪਟਰ 'ਚ। ਇਨਪਰੇ ਸੈਂਸਾ ਜਦੋਂ ਆ ਗਿਆ ਸਿਗਨਲ ਫੋਟੋ ਵਾਲਾ, ਨੀਚੇ ਸਾਰੀ ਉਹ ਜ਼ਰੂਰੀ ਹੈ, ਰਲਿਨ ਤਾਰੇ ਆਹਿਸਤਾ ਕਰੋ, ਸੋਲੋ ਸਿਰਫ ਤਾਂ ਇਨਕਾਜ਼ੋ ਦੀ ਸਕਾਰਸਾ ਵਿਜੀਬਿਲਤਾ ਜੇ ਘੱਟ ਦਿਖਦਾ। ਕਹਿੰਦੇ ਤੁਸੀਂ ਹੌਲੀ ਕਰਿਆ ਕਰੋ, ਸਿਰਫ ਤਾਂ ਹੌਲੀ ਕਰਿਆ ਕਰੋ ਜੇ ਘੱਟ ਦਿਖਦਾ। ਨਹੀਂ ਬਾਈ, ਮਤਲਬ ਧੁੰਦ ਪਈ ਹੈ ਤਾਂ ਸੋਲੋ ਨਹੀਂ ਸੀ ਕਹਿਣਾ ਚਾਹੀਦਾ ਬਾਈ, ਇਹ ਗੱਲ ਬਹੁਤ ਗਲਤ ਕੀਤੀ ਇਸਨੇ। ਮੈਂ ਤੁਹਾਨੂੰ ਟ੍ਰਿਕ ਬਣਾ ਦਿਆਂਗਾ, ਰਾਲਿਨ ਤਾਰੇ ਤੋਂ ਬਾਅਦ ਸੋਲੋ ਆ ਜਾਏ, ਸਾਰੀ ਬੁੱਕ 'ਚ ਇਹਦੇ ਸਵਾਲ ਗਲਤ ਨੇ। ਰਾਲਿਨ ਤਾਰੇ ਮਤਲਬ ਜਦੋਂ ਵੀ ਅੱਛੀ ਗੱਲ ਕਰੇ ਨਾ, ਸਪੀਡ ਕੱਟ ਕਰੋ, ਮੋਦੇ ਰਾਰੇ ਲਾ ਕੇ ਸੋਲੋ ਲਾ ਦੇ, ਜਾਂ ਤਿੰਨ ਸਿਉਨੇ ਜੀ ਧਿਆਨ ਕਰੋ ਇਹਦੇ ਨਾਲ ਸੋਲੋ ਆ ਜਾਏ, ਅਤੇ ਜਾਂ ਜੀ ਰੈਗੂਲਾਰੇ ਵੇਲੋ ਚੀਤਾ ਸਪੀਡ ਆਪਣੇ ਕਾਬੂ 'ਚ ਕਰੋ, ਰੈਗੂਲੇਟ ਕਰੋ ਇਹਦੇ ਨਾਲ ਸੋਲੋ ਆ ਜਾਏ, ਜਾਂ ਅਸੀਂ ਕੁਰਾਰ ਸੀ ਚੈੱਕ ਕਰਕੇ ਜ਼ਰਾ ਜਾਓ ਇਹਦੇ ਨਾਲ ਸੋਲੋ। ਮਤਲਬ ਜਿਹੜੇ ਵੀ ਅੱਛੇ ਪਰੋਲੇ ਨੇ ਜਿਹੜੇ ਸਾਨੂੰ ਕੇਅਰ ਵਾਲੇ ਪਾਸੇ, ਅਹਤਿਆਤ ਵਾਲੇ ਪਾਸੇ ਲਿਜਾਂਦੇ ਨੇ, ਇਹਨਾਂ ਦੇ ਨਾਲ ਸੋਲੋ ਆ ਜਾਏ, ਸਵਾਲ ਗਲਤ ਹੋ ਜਾਂਦਾ। ਹਾਂਜੀ, ਸੋਲੋ ਮੀਨ ਸਿਰਫ। ਅਤੇ ਅਗਲਾ ਸਵਾਲ, ਇਨ ਪਰਿਸੈਂਸਾ ਜਦੋਂ ਆ ਗਿਆ ਇਹ ਸਿਗਨਲ ਫੋਟੋ ਵਾਲਾ, ਪੋਸੀਬਲ ਹੈ ਅਤਰਾ ਵਿਰ ਸਾਰੇ ਤੁਸੀਂ ਕ੍ਰੋਸ ਕਰ ਸਕਦੇ ਹੋ ਬਿਨਾਰੀ ਪਟੜੀ ਨੂੰ, ਸੇਸ ਬਰਾਤੀ ਦਾ ਕਾਵਾ ਲੇਤੀ ਜੇ ਇੱਥੇ ਸਟੈਂਡ ਪਏ ਹੋਏ ਨੇ, ਔਰ ਉਹਨਾਂ 'ਤੇ ਸਤ੍ਰੀਸ਼ੇ ਬਿਆਨ ਕੇ ਚਿੱਟੀਆਂ ਲੀਕਾਂ ਲੱਗੀਆਂ ਹੋਈਆਂ ਨੇ ਰੋਸੇ ਰੈੱਡ ਕਲਰ 'ਚ। ਕੀ ਗਲਤੀ ਹੈ ਬਾਈ? ਅੰਦਰ ਫਾਟਕ ਦੇ ਨੇੜੇ ਜਾ ਕੇ ਪੋਸੀਬਲ ਹੈ ਤੁਸੀਂ ਕ੍ਰਾਸ ਕਰ ਲਓ। ਅੱਛਾ ਜੀ, ਅੱਗੇ ਫਿਰ ਆਉਂਦਾ ਭਾਵੇਂ ਉੱਥੇ ਸਟੈਂਡ ਪਏ ਹੋਏ ਨੇ, ਕਵਲੇਤੀ ਮੀਨ ਸਟੈਂਡ, ਜਿਸ ਤਰ੍ਹਾਂ ਕਿ ਅਸੀਂ ਫਾਟਕ ਦੇ ਨੇੜੇ ਗਏ ਹਾਂ, ਡੰਡੇ 'ਤੇ ਨਹੀਂ ਹੈਗੇ ਲੇਕਿਨ ਉਹਨਾਂ ਨੇ ਇੰਝ ਸਟੈਂਡ ਰੱਖੇ ਹੋਏ ਨੇ, ਦੋ ਤਰੇ ਰੱਖੇ ਹੋਏ ਨੇ, ਇਹਨਾਂ ਸਟੈਂਡ ਨੂੰ ਕਹਿੰਦੇ ਨੇ ਕਵਲੇਤੀ। ਅਤੇ ਆਉਂਦਾ ਜੇ ਕਵਲੇਤੀ ਪਏ ਹੋਏ ਨੇ ਤਾਂ ਪੋਸੀਬਲ ਹੈ ਕ੍ਰਾਸ ਕਰ ਜੋ, ਫਾਲਸੋ, ਫਿਰ ਸਾਨੂੰ ਰੁਕਣਾ ਚਾਹੀਦਾ, ਉਹ ਟ੍ਰੇਨ ਆ ਰਹੀ ਹੋਵੇ ਤਾਂ ਉਹ ਰੱਖ ਦਿੰਦੇ ਨੇ। ਗਲਤੀ ਹੋ ਗਈ ਭਾਈ, ਵੇਖੋ ਨਾ, ਆਉਂਦਾ ਪੋਸੀਬਲ ਹੈ ਅਤਰਾ ਵਿਰ ਸਾਰੇ ਕ੍ਰੋਸ ਕਰ ਲਓ ਜੇ ਕਵਲੇਤੀ, ਉੱਥੇ ਸਟੈਂਡ ਪਏ ਹੋਏ ਨੇ ਫਾਟਕ ਦੇ ਅੱਗੇ, ਫਾਲਸੋ। ਅੱਛਾ, ਕਵਲੇਤੀ ਦੀ ਗੱਲ ਕਰੋ, ਇਹਦੇ ਸਵਾਲ ਫਾਲਸੋ ਨੇ ਜੀ ਸਾਰੀ ਬੁੱਕ 'ਚ, ਇਹਦੇ ਨਾਲ ਨੋਨ ਲੱਗੇ ਹੈ ਉੱਥੇ ਇਹ ਵੇਰੋ ਹੋਏ ਹੈ, ਨੋਨ ਕਵਲੇਤੀ ਵੇਰੋ, ਵੈਸੇ ਕਵਲੇਤੀ ਸਾਰਾ ਫਾਲਸੋ ਹੈ। ਇਨਪ੍ਰੇਸੈਂਸਾ ਜਦੋਂ ਹੀ ਆ ਗਿਆ ਸਿਗਨਲ ਫੋਟੋ ਵਾਲਾ, ਸੋਨੂੰ ਕੁਨਸੈਂਤੀ 'ਤੇ ਇਜਾਜ਼ਤ ਹੈ ਤੁਹਾਨੂੰ, ਫਿਰਮਾਤਾ ਲਾ ਲਓ, ਫਿਰਮਾਤਾ ਮੀਨ ਗੱਡੀ ਸਟੋਪ ਕਰਨੀ ਸਵਾਰੀ ਲਾਉਣ ਵਾਸਤੇ, ਇਜਾਜ਼ਤ ਹੈ ਫਿਰਮਾਤਾ ਲਾ ਲਓ ਫਾਟਕ 'ਚ, ਮਾਨੂਨ ਸੋਸਤਾ ਪਰ ਪਾਰਕ ਨਾ ਲਾਇਓ ਲੌਂਗ ਟਾਈਮ, ਅਤੇ ਪਰੋਸੀਮੀਤਾ ਨੇੜੇ ਜਾ ਕੇ, ਕੋਰਿਸਪੋਂਡੈਂਸ ਵਿੱਚ ਜਾ ਕੇ, ਬਿਨਾਰੀ ਪਟੜੀ 'ਤੇ, ਇਹ ਗੱਲ ਗਲਤ ਕੀਤੀ ਸੋ, ਇਜਾਜ਼ਤ ਹੈ ਫਿਰਮਾਤਾ ਲਾ ਲਓ, ਆ ਮੇਨ ਕਾਟਾ ਇਹਦੇ 'ਤੇ ਵੱਜੇਗਾ ਕਿਉਂਕਿ ਅਸੀਂ ਫਿਰਮਾਤਾ ਨਹੀਂ ਲਾ ਸਕਦੇ। ਠੀਕ ਹੈ ਜੀ, ਅਤੇ ਮੈਂ ਫਿਰ ਇਹ ਗੱਲ ਕਰਾਂਗਾ ਫਾਟਕਾਂ ਦੇ ਸਵਾਲਾਂ 'ਚ, ਲੁਚੇ ਰੋਸੇ ਸਾਰਾ ਵੇਰ ਹੋਏ, ਔਰ ਇਹ ਜੰਗਲੇ ਦਾ ਡਿਜ਼ਾਇਨ ਹੋਏ, ਮਤਲਬ ਕੀ ਕਿ ਡੰਡੇ ਆਉਣਗੇ, ਬਿਨਾਂ ਡੰਡੇ ਵਾਲਾ ਫਾਟਕ ਨਹੀਂ ਹੈ, ਅਤੇ ਇਹ ਜੰਗਲੇ ਦੇ ਸਵਾਲਾਂ ਵਿੱਚ ਬਰੀਏਰੇ ਉਹ ਸੇਮੀ ਬਰੀਏਰੇ ਇਕੱਠਾ ਆਇਆ, ਉਹ ਵੀ ਵੇਰ ਹੋਏ, ਲੁਚੇ ਰੋਸੇ ਵੇਰ ਹੋਏ। ਫਾਲਸੋ ਕੀ ਰੱਖਣਾ ਫਾਟਕ ਦੇ ਸਵਾਲਾਂ ਵਿੱਚ? ਇੱਕ ਤਾਂ ਸੋਲੋ ਵੀ ਤਕਰੀਬਨ ਗਲਤ ਹੀ ਹੈ ਜੰਗਲੇ ਦੇ ਸਵਾਲਾਂ 'ਚ, ਔਰ ਇੱਕ ਨਿਸ਼ਾਨੀ ਕੀ ਸੀ, ਕਵਲੇ ਤੋਂ ਸਾਰੀ ਬੁੱਕ 'ਚ ਹੀ ਗਲਤ ਹੈ। ਅਤੇ ਉਸ ਤੋਂ ਬਾਅਦ ਜੀ ਇੱਕ ਹੋਰ ਮੈਂ ਨਿਸ਼ਾਨੀ ਕੀ ਦੱਸੀ ਹੈ, ਐਕਸਕਲੂਸਿਵਾ ਮੈਨ 'ਤੇ ਸਾਰੀ ਬੁੱਕ 'ਚ ਹੀ ਗਲਤ ਹੈ। ਅਤੇ ਹਾਂ, ਕਰੋਚੇ ਆਂਦਰਿਆ ਜੰਗਲੇ ਦਿਆਂ ਸਵਾਲਾਂ 'ਚ ਗਲਤ ਹੈ। ਬਾਕੀ ਪੂਰੇ ਸਿਗਨਲ ਦੀ ਪੇਰੀ ਖੋਲੋ, ਇਸ ਚੈਪਟਰ ਦੀਆਂ ਨਿਸ਼ਾਨੀਆਂ ਦੀ ਗੱਲ ਕਰੋ, ਮੋਦੇ ਰਾਰੇ ਸਾਰਾ ਇਹਦੇ 'ਚ ਵੇਰੋਏ, ਪਰ ਨਾਲ ਐਕਸਕਲੂਸਿਵਾ ਮੈਨ 'ਤੇ ਨਹੀਂ ਹੋਣਾ ਚਾਹੀਦਾ। 150 ਵੇਰੋਏ, ਰੈਗੂਲਾਰੇ ਵੇਲੋ ਚੀਤਾ ਵੇਰੋਏ ਇਹਦੇ 'ਚ, ਇੰਪਰੋਵੀਜ਼ੋ ਇੱਕਦਮ ਕੁਛ ਆ ਜਾਣਾ ਉਹ ਵੇਰੋਏ।
اپنا بڑا خیال رکھو، اللہ حافظ، السلام علیکم، سسری کا نمسکار جی.